ਅੱਜ ਅਸੀਂ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ ਕੰਪਲੇਂਟ ਰਿਡਰੈਸਲ ਕੈਂਪ ਲਗਾਇਆ ਅਲੱਗ ਅਲੱਗ ਜਗ੍ਹਾ 'ਤੇ, ਜਿਹਦੇ ਵਿੱਚ 15 ਜਗ੍ਹਾ ਦੇ ਉੱਤੇ ਕੈਂਪ ਲਗਾਏ ਗਏ ਆ। ਔਰ ਇਹਦਾ ਜਿਹੜਾ ਮੁੱਖ ਮਕਸਦ ਇਹ ਹੈਗਾ ਹੈ ਕਿ ਪਬਲਿਕ ਦੀਆਂ ਜਿਹੜੀਆਂ ਗ੍ਰੀਵੈਂਸੀਜ਼ ਆ, ਜਿਹੜੀਆਂ ਕਾਫੀ ਦੇਰ ਤੋਂ ਪੈਂਡਿੰਗ ਚੱਲ ਰਹੀਆਂ, ਉਹਨਾਂ ਦਾ ਨਿਪਟਾਰਾ ਕੀਤਾ ਜਾਵੇ। ਇਸੇ ਤਰ੍ਹਾਂ ਹੀ ਅੱਜ ਵੂਮੈਨ ਸੈੱਲ ਵੱਲੋਂ ਵੀ ਇੱਕ ਕੈਂਪ ਇੱਥੇ ਲਗਾਇਆ ਗਿਆ, ਜਿਹਦੇ ਵਿੱਚ ਮੈਂ ਅੱਜ ਦੇਖਣ ਵਾਸਤੇ ਆਇਆ ਸੀ। ਕੁਛ ਫੈਮਿਲੀਜ਼ ਆ ਜਿਨ੍ਹਾਂ ਦਾ ਮੌਕੇ ਦੇ ਉੱਤੇ ਹੀ ਕਈਆਂ ਦਾ ਰਾਜ਼ੀਨਾਮਾ ਹੋ ਗਿਆ, ਕੰਪਲੇਂਟ ਦਾ ਡਿਸਪੋਜ਼ਲ ਹੋ ਗਿਆ। ਇਸੇ ਤਰ੍ਹਾਂ ਦੇ 15 ਜਗ੍ਹਾ 'ਤੇ ਹੋਰ ਜਿਹੜੇ ਕੈਂਪ ਨੇ ਉਹ ਲਗਾਏ ਗਏ ਆ। ਔਰ ਅੱਜ ਦਾ ਸਾਡਾ ਮੇਨ ਮਕਸਦ ਹੈਗਾ ਕਿ ਕਮ ਸੇ ਕਮ 1000 ਤੋਂ ਉੱਪਰ ਜਿਹੜੀਆਂ ਕੰਪਲੇਂਟਸ ਆ ਉਹਨਾਂ ਦਾ ਨਿਪਟਾਰਾ ਕੀਤਾ ਜਾਵੇ। ਸਾਰੇ ਆਫਿਸਰ ਜਿਹੜੇ ਨੇ ACP ਲੈਵਲ ਦੇ, ADCP ਲੈਵਲ ਦੇ, ਉਹ ਖੁਦ ਸਾਰੇ ਕੈਂਪ ਦੇ ਵਿੱਚ ਅਟੈਂਡ ਕਰ ਰਹੇ ਆ। ਔਰ ਮੈਨੂੰ ਉਮੀਦ ਹੈ ਕਿ ਇਹ ਕਾਫੀ ਦਰਖਾਸਤਾਂ ਜਿਹੜਾ ਉਹਨਾਂ ਦਾ ਨਿਪਟਾਰਾ ਕੀਤਾ ਜਾਊਗਾ। ਔਰ ਇਸ ਤੋਂ ਬਾਅਦ ਹਰ ਮਹੀਨੇ ਦੇ ਵਿੱਚ ਕਮ ਸੇ ਕਮ ਇੱਕ ਇਸ ਤਰ੍ਹਾਂ ਦਾ ਕੈਂਪ ਜ਼ਰੂਰ ਔਰਗਨਾਈਜ਼ ਕੀਤਾ ਜਾਊਗਾ। ਉਹ ਕਿਸੇ ਸੈਕਿੰਡ ਜਾਂ ਫੋਰਥ ਸੈਟਰਡੇ ਐਜ਼ ਪਰ ਜਿੱਦਾਂ ਜਿੱਦਾਂ ਕੰਪਲੇਂਟਸ ਰਿਸੀਵ ਹੋਣਗੀਆਂ, ਜਿੱਦਾਂ ਉਹਨਾਂ ਦਾ ਡਿਸਪੋਜ਼ਲ ਜਿੰਨੀ ਜਲਦੀ ਚਾਹੀਦਾ ਹੋਏਗਾ ਉਸੇ ਤਰੀਕੇ ਨਾਲ। ਕਿੰਨੇ ਕੇਸ ਕੀਤੇ ਆ ਤੁਸੀਂ ਹਾਲ ਤੋਂ? ਨਹੀਂ, ਅੱਜ ਟੋਟਲ ਜਿਹੜੇ ਸਾਡੇ ਸੀਗੇ 1500 ਕੰਪਲੇਂਟਸ ਅਸੀਂ ਜਿਹੜੀਆਂ ਲਿਸਟ ਕੀਤੀਆਂ ਸੀਗੀਆਂ, ਜਿਨ੍ਹਾਂ ਦੇ ਵਿੱਚ ਕੰਪਲੇਟੈਂਟ ਪਾਰਟੀ ਨੂੰ ਦੂਸਰੀ ਪਾਰਟੀ ਨੂੰ ਬੁਲਾਇਆ ਗਿਆ ਸੀਗਾ। ਉਹਦੇ ਵਿੱਚੋਂ ਕੁਛ ਪਾਰਟੀਜ਼ ਆਈਆਂ, ਕੁਛ ਨਹੀਂ ਵੀ ਆਏ। ਜਿਸ ਤਰ੍ਹਾਂ ਅੱਜ ਇੱਥੇ ਜਿਹੜਾ ਵੂਮੈਨ ਸੈੱਲ ਦਾ ਜਿਹੜਾ ਲੱਗਿਆ ਹੋਇਆ, ਇੱਥੇ 45 ਪਾਰਟੀਜ਼ ਆਈਆਂ, ਜਿਨ੍ਹਾਂ ਵਿੱਚੋਂ 7 ਦਾ ਜਿਹੜਾ ਵਾ ਰਾਜ਼ੀਨਾਮਾ ਹੋ ਗਿਆ, ਉਹਨਾਂ ਦਾ ਨਿਪਟਾਰਾ ਹੋ ਗਿਆ। ਬਾਕੀਆਂ ਦਾ ਵੀ ਚੱਲ ਰਿਹਾ, ਜਿਹੜਾ ਸ਼ਾਮ ਤੱਕ ਨਿਪਟਾਰਾ ਹੋ ਜਾਏਗਾ। ਇਸੇ ਤਰੀਕੇ ਨਾਲ ਹਰ ਜਗ੍ਹਾ ਦੇ ਉੱਤੇ ਜਿੰਨੇ ਬਾਕੀ ਕੈਂਪ ਵੀ ਲਗਾਏ, ਕਿਤੇ 50, ਕਿਤੇ 50 ਤੋਂ ਲੈ ਕੇ 100 ਤੱਕ ਪਾਰਟੀਜ਼ ਆਈਆਂ। ਔਰ ਮੈਨੂੰ ਉਮੀਦ ਆ ਉਹਦੇ ਵਿੱਚ ਵੀ ਬਹੁਤ ਵੱਡੇ ਪੱਧਰ 'ਤੇ ਨਿਪਟਾਰਾ ਹੋ ਜਾਏਗਾ।